ठीक है जी, पहुंच गए ना सारे? ठीक है, करिए जी शुरू। अपना सब तो पहला तो थोड़ा स्वागत है जी सारे आया का। सैकटरी साहब आए ने गे, जी ओ जी साहब आए ने गे, सरपंच साहब ने गे, तुम ग्राम सभा मैंबर हो सारे, ठीक है जी, सब का स्वागत है जी। हूँ आप गल करिए जिहड़ा साडा काम है जी, सोशल ऑडिट लेखा जोखा। इहदा लेखे जोखे का मतलब है भी जिन्ना थोड़ी पंचायत नूं नरेगा वालों पैसा आया, जिहड़ा तुसीं आ दिहाड़ियां ला के लिया, जिथे जिथे काम करिया उहदा लेखा जोखा करना, ठीक है जी। हुण मान लो भी थोड़ा कोई बच्चा स्कूल च पढ़ता है, सवेरे तुसीं उहनूं 50 रुपए देते, शाम नूं घरे आउंदा है, तुसीं पुछदा 50 रुपए दिंदे सीगे किसे खर्चे, ग्राम सभा की होंगी है, कौन एदा मेंबर होंदा है, किवें इह काम करदी है, पता जी किसे नूं? जिहड़ी ग्राम सभा अज आपां ने बुलाई है, तुहाडे पिंड कल भी अनाउंसमेंट हुई सवेरे भी हुई, तुसीं सारे इकट्ठे होए हो अज ग्राम पंचायत घर दे विच, ग्राम सभा जिहदे विच तुहाडी सारिआं दी सहूलियत है, तुसीं सारे पहुंचे हो। हुण इहदे विच ग्राम सभा दे विच मैंबर कौन हुंदा है? जिहदी उमर 18 साल तों उत्ते है, वोटर कार्ड दे उत्ते नाम है, वोट पाउण दा अधिकार है, ओह ग्राम सभा दा मैंबर है जी, ठीक है जी। फिर जिहड़ी अपनी ये अज ग्राम सभा बुलाई है, इहदा कारण की आ, इहदे अपना इहदे अंदर पावर की आ, इह काम किवें करदी आ, ठीक है जी। हुण मान लो अज तुसीं सारे बुला रहे, तुहानूं बुलाउण तों बाद तुहाडे तों जिहड़े पिंड दे विच सांझियां थावां दे काम होण वाले नेगे, उहनां दे तुसीं मते पाए जी, मते पाउण तों बाद ਹੁਣ ਉਹਨਾਂ ਤੇ ਤੁਸੀਂ ਜਾਣ ਲੱਗੇ ਸੈਨ ਉੱਤੇ ਕਰਕੇ ਜਾਣੇ, ਉਹ ਤੁਹਾਨੂੰ ਅਸੀਂ ਮਤੇ ਪੜ੍ਹ ਕੇ ਸੁਣਾਵਾਂਗੇ, ਜਿਹੜਾ ਰੂਲ ਲੱਗੂਗਾ ਮਤਾ ਵੀ ਇਹ ਤੁਹਾਡੇ ਭਲੇ ਦਾ, ਠੀਕ ਹੈ ਜੀ, ਉਹ ਤਾਂ ਤੁਸੀਂ ਸਹਿਮਤੀ ਦਓਗੇ, ਹੱਥ ਖੜੇ ਕਰੋਗੇ, ਜਿਹੜਾ ਤੁਹਾਨੂੰ ਲੱਗੂਗਾ ਵੀ ਇਹ ਤੁਹਾਡੇ ਪਿੰਡ ਦੇ ਭਲਾਈ ਵਾਸਤੇ ਨਹੀਂ ਹੈਗਾ, ਕਿਸੇ ਇੱਕ ਬੰਦੇ ਦੇ ਘਰ ਨੂੰ ਨਾ, ਠੀਕ ਹੈ ਜੀ, ਉਹ ਮਤਾ ਤੁਹਾਡੀ ਸਹਿਮਤੀ ਨਾਲ ਪਾਸ ਨਹੀਂ ਹੋਊਗਾ, ਰੱਦ ਹੋ ਜੂਗਾ। ਹੁਣ ਮੰਨ ਲਓ ਵੀ ਇੱਕ ਬੰਦੇ ਦੇ ਘਰ ਨੂੰ ਸਰਪੰਚ ਆਪਾਂ ਨੇ ਕੋਈ जे तुसीं नहीं करदे तां मता रद्द हो जांदा, तुहाडे च इन्नी पावर है, तुहाडे सैन रूखां च इन्नी पावर है कि ग्राम सभा दे सब टुटण दे। हुण इक आधार देना, मान लो तुहाडे पिंड दे विच स्कूल है, बच्चा पढ़न लग जांदा, उत्थे बच्चे दे विहार बारे पुछण चले जांदे उहनां नूं टीचर कोलों कि बच्चा वधिया पढ़दा है, तां उत्थे दा टीचर तुहाडे नाल रवैया वधिया नहीं वापरदा, ठीक है जी, कोई भद्दी जी भाषा वरत लैंदा, ਤਾਂ ਤੁਸੀਂ ਉਹਦੇ ਪ੍ਰਤੀ ਵੀ ਗ੍ਰਾਮ ਸਭਾ ਦੇ ਵਿੱਚ ਮਤਾ ਪਾ ਕੇ ਉਹਦੀ ਮਰਜ਼ੀ ਕਰਾ ਸਕਦੇ, ਤੁਹਾਡੇ 'ਚ ਇੰਨੀ ਪਾਵਰ ਹੈ ਜੀ, ਠੀਕ ਹੈ ਜੀ। ਉਹ ਇੱਦਾਂ ਹੀ ਮੰਨ ਲਓ ਤੁਸੀਂ ਨੇ ਪਿੰਡ 'ਚੋਂ ਕੋਈ ਠੇਕਾ ਚੁਕਾਉਣਾ, ਉਹਦਾ ਵੀ ਤੁਸੀਂ ਮਤਾ ਪਾ ਕੇ ਠੇਕਾ ਚੁਕਾ ਸਕਦੇ ਹੋ, ਠੀਕ ਹੈ ਜੀ। ਇਹ ਨਾ ਹੋਵੇ ਘਰੇ ਤੁਸੀਂ ਸ਼ਰਾਬ ਪੀ ਕੇ ਜਦੋਂ ਠੇਕਾ ਚੁਕਾਉਣਾ ਮਤਾ ਪਾ ਲਿਆ, ਠੀਕ ਹੈ ਜੀ, ਇੱਕ ਹੋ ਗਈ। ਹੁਣ ਆ ਗਈ ਜੀ ਮਨਰੇਗਾ, ਪਤਾ ਜੀ ਕਿਸੇ ਨੂੰ ਮਨਰੇਗਾ ਬਾਰੇ? ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਐਕਟ ਹੈ ਜੀ, ਇਹ 2005 ਦੇ ਵਿੱਚ ਬਣਿਆ, ਠੀਕ ਹੈ ਜੀ। ਅਸਲ ਦੇ ਵਿੱਚ ਇਹਦੀ ਸ਼ੁਰੂਆਤ ਹੈ ਜਿਹੜੀ 1988-99 ਦੇ ਵਿੱਚ ਹੀ ਸ਼ੁਰੂ ਹੋ ਗਈ ਸੀਗੀ। ਉਹਨਾਂ ਟਾਈਮਾਂ ਦੇ ਵਿੱਚ ਕੀ ਸੀਗਾ, ਜਿਹੜੇ ਕੁਝ ਰਾਜ ਆਪਣੇ ਦੇਸ਼ ਦੇ ਇਹੋ ਜਿਹੇ ਨੇ ਜਿੱਥੇ ਕਮਾਈ ਦਾ ਕੋਈ ਸਾਧਨ ਨਹੀਂ, ਕਿੱਲਾ ਵਸੀਲੇ ਹੀ ਨਹੀਂ, ਜਿਵੇਂ ਕੇਰਲਾ, ਉਤਰਾਂਚਲ, ਏਰੀਏ ਇਹੋ ਜਿਹੇ ਨੇ ਵੀ ਦਿਹਾੜੀ ਦਾ ਕੋਈ ਤਰੀਕਾ ਹੀ ਹੈਗਾ ਜੀ, ਆਪਣੇ ਪੰਜਾਬ 'ਚ ਹਾੜੀ ਸੋਣੀ ਕਰਕੇ ਬੰਦਾ ਖਾਣ ਯੋਗਾ ਕਰ ਲੈਂਦਾ। ਤਾਂ ਉੱਥੋਂ ਜਿਹੜੀਆਂ ਪਾਰਟੀਆਂ ਸੀਗੀਆਂ ਬੈਠੀਆਂ ਸੀਗੀਆਂ ਉਹਨਾਂ ਦੁਆਰਾ ਮੀਟਿੰਗ ਕਰਕੇ ਸਰਕਾਰ ਦੇ ਉੱਤੇ ਪ੍ਰਭਾਵ ਪਾਇਆ ਗਿਆ, ਤਾਂ ਹੌਲੀ 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 ਉਹ ਪ੍ਰਭਾਵ ਨੇ ਮਨਰੇਗਾ ਨੂੰ ਵਿਕਸਿਤ ਕਰਾਇਆ, ਠੀਕ ਹੈ ਜੀ। ਹੁਣ ਇਹ ਮਨਰੇਗਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ 'ਚ ਆਈ ਸੀ, ਹੌਲੀ 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 ਪੂਰੇ ਪੰਜਾਬ
ਆਪ ਡਿਵਾਈਡ ਹੋ ਗਈ ਹੈ ਜਿਹਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ ਠੀਕ ਹੈ ਜੀ ਹੁਣ ਆ ਗਏ ਜੀ ਜੌਬ ਕਾਰਡ ਜਿਹੜੇ ਆ ਤੁਹਾਡੇ ਜੌਬ ਕਾਰਡ ਨੇ ਕਿਵੇਂ ਬਣਦਾ ਹੈ 18 ਸਾਲ ਤੋਂ ਉੱਤੇ ਉਮਰ ਹੋ ਗਈ ਉਹਦਾ ਕਿਵੇਂ ਬਣਦਾ ਹੈ ਕੰਮ ਕਰਦਾ ਇਸ ਕਿਵੇਂ ਹੁੰਦਾ 18 ਸਾਲ ਤੋਂ ਉੱਤੇ ਦੀ ਉਮਰ ਦਾ ਉਹਦਾ ਨਾਮ ਵਿੱਚ ਕਿਵੇਂ ਐਡ ਹੋਣਾ ਠੀਕ ਹੈ ਜੀ ਹੁਣ ਜਿਹੜਾ ਜੌਬ ਕਾਰਡ ਤੁਹਾਡਾ ਨਵਾਂ ਬਣਾਉਣਾ ਹੈ ਤਾਂ ਉਹਦੇ ਕੋਲੇ ਵੋਟਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਦੀ ਫੋਟੋ ਕਾਪੀ ਤੇ 4 ਜਾਂ 5 ਜਿਹਨੇ ਤੁਹਾਡੇ ਜੀ ਆਰ ਐਸ ਸਾਹਿਬ ਕਹਿਣਗੇ ਫੋਟੋਆਂ ਤੇ ਇੱਕ ਬੈਂਕ ਦਾ ਖਾਤਾ ਤੁਸੀਂ ਉਹ ਦੇਣਾ ਹੈ ਜਿਹਦੇ ਰਾਹੀਂ ਤੁਸੀਂ ਲੈਣ ਦੇਣ ਕਰ ਰਹੇ ਹੋ ਠੀਕ ਹੈ ਜੀ ਇਹ ਨਾ ਹੋਵੇ ਖਾਤਾ ਉਹ ਦੇਣਾ ਜਿਹਦੇ ਤੁਸੀਂ ਗਏ ਜੀ ਫਿਰ ਤੁਹਾਨੂੰ ਪਰੇਸ਼ਾਨੀ ਹੋ ਜਾਣੀ ਪੈਸੇ ਕਢਾਉਣ ਲੈਣ ਦੇ ਠੀਕ ਹੈ ਜੀ ਇਹ ਤੁਸੀਂ ਜਦੋਂ ਨਵਾਂ ਖਾਤਾ ਕਢਾਉਣਾ ਹੈ ਨਵਾਂ ਜੌਬ ਕਾਰਡ ਬਣਵਾਉਣਾ ਹੈ ਤਾਂ ਤੁਸੀਂ ਇਹ ਪ੍ਰੂਫ ਦੇ ਦੇਣੇ ਨੇ ਤੇ ਦੇਣ ਤੋਂ ਬਾਅਦ ਤੁਹਾਡਾ 15 ਦਿਨਾਂ ਦਾ ਪ੍ਰੋਸੈਸ ਹੈ 15 ਦਿਨਾਂ ਬਾਅਦ ਤੁਹਾਨੂੰ ਨਵਾਂ ਜੌਬ ਕਾਰਡ ਇਸ਼ੂ ਹੋ ਜਾਏਗਾ ਠੀਕ ਹੈ ਜੀ ਇੱਥੇ ਜੇ ਪਰਿਵਾਰ ਦਾ ਕੋਈ ਬੱਚਾ 18 ਸਾਲ ਦੀ ਉਮਰ ਦਾ ਹੋ ਗਿਆ ਉਹਦਾ ਨਾਮ ਦਰਜ ਕਰਾਉਣਾ ਹੈ ਉਹ ਵੀ ਇੱਥੇ ਹੀ ਹੈ ਆਧਾਰ ਕਾਰਡ ਦੀ ਫੋਟੋ ਕਾਪੀ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ 3 ਜਾਂ 4 5 ਫੋਟੋਆਂ ਤੇ ਇੱਕ ਬੈਂਕ ਦਾ ਖਾਤਾ ਜਿਹੜੇ 'ਚ ਤੁਸੀਂ ਲੈਣ ਦੇਣ ਕਰ ਰਹੇ ਹੋ ਉਹ ਦੇਣਾ ਠੀਕ ਹੈ ਜੀ ਪੂਰੀ 15 ਦਿਨਾਂ ਦਾ ਪ੍ਰੋਸੈਸ ਹੈ ਤੁਹਾਡਾ ਨਾਮ ਐਡ ਹੋ ਕੇ ਆ ਜਾਊਗਾ ਠੀਕ ਹੈ ਜੀ ਹੁਣ ਜਿਹੜੇ ਜੌਬ ਕਾਰਡ ਨੇ ਆਹ ਤੁਹਾਨੂੰ ਪਤਾ ਹੀ ਇਹ ਕਿਉਂ ਦਿੱਤੇ ਗਏ ਨੇ ਪਹਿਲਾਂ ਤਾਂ ਇੱਕ ਗੱਲ ਦੱਸਦਾ ਮੈਂ ਵੀ ਇਹ ਸਰਕਾਰ ਵੱਲੋਂ ਬਿਲਕੁਲ ਫ੍ਰੀ ਨੇ ਬਿਲਕੁਲ ਫ੍ਰੀ ਇਹਦਾ ਕੋਈ ਪੈਸਾ ਨਹੀਂ ਲੱਗਦਾ ਕਈ ਪਿੰਡਾਂ ਦੇ ਵਿੱਚ ਕੀ ਹੈ ਇਹਦੇ ਪੈਸੇ ਲੈ ਜਾਂਦੇ ਨੇ 100 ਜਾਂ 200 ਠੀਕ ਹੈ ਜੀ ਇਹ ਬਿਲਕੁਲ ਫ੍ਰੀ ਬਣਦੇ ਨੇ ਤੁਹਾਡੇ ਵਿਦਾਂ ਲੈ ਕੇ ਬਿਲਕੁਲ ਜੀ ਨਾ ਤਾਂ ਬਾਈ ਜੀ ਸੋਕੇ ਅੱਜ ਤੁਸੀਂ ਗ੍ਰਾਮ ਸਭਾ 'ਚ ਬੈਠੇ ਹੋ ਤਾਂ ਬਾਈ ਜਿਹੜੇ ਕੋਈ ਜੋ ਕਰ ਅੱਜ ਤੋਂ ਬਚਾ ਲਿਆ ਗਿਆ ਮੈਂ ਕਿਤੇ ਬਾਅਦ 'ਚ ਕੋਈ ਪੁੱਛਿਆ ਨਹੀਂ ਜੀ ਠੀਕ ਹੈ ਹਾਂਜੀ ਤੇ ਜਿਹੜਾ ਇਹ ਜੋਬ ਕਰਾ ਬਿਲਕੁਲ ਫ੍ਰੀ ਬਣਦਾ ਹੈ ਹੁਣ ਇਹ ਤੁਹਾਨੂੰ ਇੰਨਾ ਪੂਰੇ ਪਿੰਡ 'ਚ ਛੱਡੋ ਪੂਰੇ ਦੇਸ਼ 'ਚ ਇੰਨਾ ਕਾਗਜ਼ ਵੰਡਿਆ ਜਾਂਦਾ ਹੈ ਬੀਬੀ ਜੀ ਚੁੱਪ ਕਰੋ ਚੁੱਪ ਕਰੋ ਇੰਨਾ ਪੂਰੇ ਦੇਸ਼ ਦੇ ਵਿੱਚ ਕਾਗਜ਼ ਵੰਡਿਆ ਜਾਂਦਾ ਫ੍ਰੀ ਇਹਦਾ ਕਾਰਨ ਕੀ ਆ ਹੁਣ ਇਹਦੇ ਵਿੱਚ ਨਾ ਜਦੋਂ ਤੁਸੀਂ ਕੰਮ ਕਰਦੇ ਹੋ ਹੁਣ ਮੰਨ ਲਓ ਕਿ ਮੈਂ ਤੁਹਾਡੇ ਤੋਂ ਕੰਮ ਕਰਾਉਣ ਆ ਗਿਆ ਕੱਚੇ ਕਾਗਜ਼ ਤੁਹਾਡੀ ਹਾਜ਼ਰੀ ਲਾ ਕੇ ਜਾਏਗਾ ਤੁਹਾਡੇ ਕੋਲ ਤਾਂ ਨਹੀਂ ਕੋਈ ਪ੍ਰੂਫ ਹੈਗਾ ਕਿ ਕੰਮ ਕਰਿਆ ਕਹੇਗਾ ਜੀ ਤੁਸੀਂ ਤਾਂ ਕੰਮ ਕਰਕੇ ਆ ਗਏ ਸਰਕਾਰ ਨੇ ਤੁਹਾਨੂੰ ਆਹ ਤਾਂ ਹੀ ਦਿੱਤਾ ਵੀ ਤੁਹਾਡੇ ਕੋਲ ਵੀ ਕੋਈ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਕੰਮ ਕੀਤਾ ਠੀਕ ਹੈ ਜੀ ਹੁਣ ਇਹ ਤਾਂ ਹੈ ਜੀ ਵੀ ਕੰਮ ਕੋਈ ਜਿਹਨੂੰ ਜ਼ਰੂਰਤ ਹੈ ਨਾ ਅਮਰੀਕਾ 'ਚੋਂ ਹੀ ਕੰਮ ਕਰਨ ਆਉਣਾ ਹੁੰਦਾ ਹੈ ਹੁਣ ਜ਼ਰੂਰਤਮੰਦ ਬੰਦਾ ਕੰਮ ਕਰਕੇ ਗਿਆ ਤਾਂ ਉਹਦੇ ਨਾਲ ਸ਼ੋਸ਼ਣ ਹੋ ਜੇ ਠੀਕ ਨਹੀਂ ਇਹਦੇ ਉੱਤੇ ਜਦੋਂ ਵੀ ਤੁਸੀਂ ਕੰਮ ਕਰੋ ਹਾਜ਼ਰੀ ਕਰਾਉਣੀ ਜ਼ਰੂਰੀ ਹੈ ਠੀਕ ਹੈ ਇਹ ਤੁਹਾਡਾ ਪ੍ਰੂਫ ਹੈ ਠੀਕ ਹੈ ਜੀ ਇਹਦੇ ਉੱਤੇ ਕੰਮ ਕਿਵੇਂ ਮਿਲਦਾ ਹੈ ਕੰਮ ਕਿੰਨਾ ਮਿਲਦਾ ਹੈ ਹੁਣ ਇੱਕ ਜੌਬ ਕਾਰਡ ਦੇ ਉੱਤੇ ਮਤਲਬ ਇੱਕ ਪਰਿਵਾਰ ਦਾ ਇੱਕ ਜੌਬ ਕਾਰਡ ਆਉਂਦਾ ਹੈ ਠੀਕ ਹੈ ਜੀ ਬੇਰੁਜ਼ਗਾਰੀ ਭੱਤਾ ਤੁਹਾਨੂੰ ਉਹ ਟਾਈਮ ਚੌਥਾ ਹਿੱਸਾ ਮਿਲਦਾ ਹੈ 16 ਦਿਨ ਤੋਂ
ਕਰਦਾ ਜੇ ਉਹਨਾਂ ਟਾਈਮਾਂ ਤੱਕ ਵੀ ਸਰਕਾਰ ਕੰਮ ਮੁਹੱਈਆ ਕਰਾਉਣ ਦਾ ਸਮਰੱਥ ਹੈ ਤਾਂ 30 ਦਿਨ ਤੋਂ ਬਾਅਦ ਤੁਹਾਡਾ ਮਹਿੰਗਾਈ ਭੱਤਾ ਦੁੱਗਣਾ ਹੋ ਜਾਊਗਾ ਜੀ ਮੰਨ ਲਓ 2 ਤੋਂ ਬਾਅਦ 50 ਰੁਪਏ ਮਿਲ ਰਹੇ ਸੀਗਾ ਉਹ 50 ਤੋਂ 100 ਹੋ ਜਾਣਗੇ ਤੁਹਾਡੇ ਖਾਤੇ 'ਚ ਬਿਨਾਂ ਕੰਮ ਕਰੇ ਪੈਣਗੇ ਤੇ ਜਿੱਦਣ ਕੰਮ ਨਿਕਲ ਆਇਆ ਮੰਨ ਲਓ ਪਿੰਡ 'ਚ ਕੰਮ ਆ ਗਿਆ ਤੁਸੀਂ ਨੇ 70 ਦਿਨ ਦਾ ਮਹਿੰਗਾਈ ਭੱਤਾ ਲੈ ਲਿਆ ਬੇਰੁਜ਼ਗਾਰੀ ਭੱਤਾ ਲੈ ਲਿਆ ਤਾਂ ਬੇਰੁਜ਼ਗਾਰੀ ਭੱਤਾ ਲੈਣ ਤੋਂ ਬਾਅਦ ਤੁਹਾਡੇ ਕੋਲ ਵੱਜ ਕੇ 30 ਦਿਨ ਤੁਸੀਂ 30 ਦਿਨ ਕੰਮ ਕਰ ਸਕਦੇ ਠੀਕ ਹੈ ਜੀ ਇਹ ਨਹੀਂ ਕਿ 100 ਦਿਨ ਦੇ ਫਿਰ ਮੰਗ ਕਰਦਾ ਨਾ ਤੁਹਾਡੇ 100 ਦਿਨ ਕੰਪਲੀਟ ਕਰ ਦਿੰਦੇ ਠੀਕ ਹੈ ਜੀ ਇਸ ਸਾਲ ਦੇ ਵਿੱਚ ਤੁਹਾਨੂੰ 100 ਦਿਨ ਦਾ ਕੰਮ ਮਿਲੂਗਾ ਫਿਰ ਦੂਸਰੀ ਗੱਲ ਇਹ ਜੀ ਹੁਣ ਮੰਨ ਲਓ ਵੀ ਨਾਮ ਮੇਰਾ ਨਿਕਲ ਹੈ ਨਾ ਤਾਂ ਉਹਦੇ ਉੱਤੇ ਕੀ ਹੈ ਕਈ ਵਾਰੀ ਪਿੰਡਾਂ 'ਚ ਕੀ ਦੇਖਿਆ ਜਾਂਦਾ ਘਰ ਵਾਲੀ ਜਾਈ ਜਾਂਦੀ ਆ ਨਾਮ ਤਾਂ ਮੇਰਾ ਨਿਕਲ ਹੈ ਮੈਂ ਪਹਿਲਾਂ ਪਾਤਰਾ ਕਮਰੋਲਿਆ ਕਰਾ ਵੀ ਤੇ ਘਰ ਵਾਲੀ ਮੇਰੀ ਜਾਈ ਜਾਂਦੀ ਆ ਇਹ ਪ੍ਰੋਬਲਮ ਕਿੱਡੀ ਵੱਡੀ ਆਉਂਦੀ ਆ ਹੁਣ ਮੰਨ ਲਓ ਸਰਟੀਫਿਕੇਟ ਵੀ ਲੱਗ ਸਕਦੀ ਆ ਕੰਮ ਕਰਦੇ ਨੂੰ ਹਨਾ ਜੀ ਆ ਸਕਦੇ ਹੋ ਨਰੇਗਾ ਦੇ ਵਿੱਚ ਜਿਹੜਾ ਬੈਨੀਫਿਟ ਆ ਜੋ ਵੀ ਤੁਹਾਨੂੰ ਸਹੂਲਤ ਮਿਲਣੀ ਆ ਉਹ ਉਸੇ ਨੂੰ ਮਿਲਣੀ ਜਿਹੜਾ ਮੌਕੇ ਤੇ ਨਾ ਬੋਲ ਰਿਹਾ ਹਨਾ ਇਹ ਨਹੀਂ ਹੈਗਾ ਵੀ ਸਖ਼ਤ ਲੱਗੀ ਉਹਦੇ ਖਾਤੇ ਕੋਈ ਇਹ ਨਹੀਂ ਹੁੰਦਾ ਹੈਗਾ ਠੀਕ ਹੈ ਜਾਂ ਉਹੀ ਜਿਹਦਾ ਨਾਮ ਹੈ ਹੁਣ ਸਖ਼ਤਾਈ ਇੰਨੀ ਆ ਵੀ ਜਿਹਦਾ ਨਾਮ ਆ ਉਹੀ ਜਾਣਾ ਚਾਹੀਦਾ ਫਿਰ ਤੁਹਾਡਾ ਨਰੇਗਾ ਦੇ ਵਿੱਚ ਕੰਮ ਤੇ ਕਿੰਨੇ ਕੁ ਵਜੇ ਜਾਂਦੇ ਹੋ ਜੀ 8 ਵਜੇ ਜੀ ਸਾਰੇ ਵਜੇ ਜਾਂਦੇ ਜੀ ਠੀਕ ਹੈ ਜੀ 8 ਤੋਂ 5 ਦਾ ਟਾਈਮ ਆ ਤੁਹਾਡਾ 8 ਤੋਂ 5 ਵਜੇ ਤੱਕ ਸਵੇਰੇ ਤੁਸੀਂ ਜਾਣਾ ਵੱਧ ਤੋਂ ਵੱਧ 5-7 ਮਿੰਟ ਲੇਟ ਹੋ ਜਾਊਗਾ ਚੱਲ ਜਾਂਦਾ ਜੀ ਉਦੋਂ ਬਾਅਦ ਗੈਰ ਆ ਜਾਈਗਾ ਤੇ ਜੀ ਬੀਬੀਆਂ ਕੀ ਕਰਦੇ ਨੇ ਜੀ ਘਰੇ ਰਿਸ਼ਤੇਦਾਰ ਆ ਕੇ ਚਾਹ ਬਣਾਉਣ ਪਾਣੀ ਬਣਾਉਣ ਗਈਆਂ ਮੁੜ ਕੇ ਕੰਮ ਤੇ ਨਹੀਂ ਜਾਣਾ ਹਨਾ ਜੀ ਲੈਣੀ ਚਾਹੀਦੀ ਪਰ ਹੁਣ ਨਹੀਂ ਜੀ ਸਰਕਾਰੀ ਇੰਨੀ ਜਿਹੜਾ ਇੱਕ ਵਾਰੀ ਕੰਮ ਤੇ ਕਰ ਗਿਆ ਉਹਨੂੰ 5-4 ਮਿੰਟ ਦੇ ਜਾਂ ਜਿਹੜਾ ਦੁਪਹਿਰੇ ਦੇ ਹੈਗਾ ਤਾਂ ਆਪਣਾ ਉਸ ਟਾਈਮ 'ਤੇ ਕੰਮ ਨਿਬੇੜ ਕੇ ਦੂਗਾ ਕੰਮ 'ਤੇ ਪਹੁੰਚਣਾ ਜ਼ਰੂਰੀ ਹੈ ਠੀਕ ਹੈ ਜੀ ਇਹਦੇ ਵਿੱਚੋਂ ਕੋਈ ਗੱਲਾਂ ਨਾ ਸਮਝੇ ਜੀ ਹੁਣ ਕਿਤੇ ਪੁੱਛ ਸਕਦਾ ਜੀ ਅੱਛਾ ਦੇਖਿਆ ਕਿਸੇ ਨੇ ਮਾਸਟਰ ਵਾਲਾ ਕਿਹਾ ਜਾਂਦਾ ਜੀ ਉਹ ਸੈਨ ਪੁੱਛੇ ਕਰਦੇ ਤੋਂ ਆਈ ਕੰਮ ਤੋਂ ਬਾਅਦ ਹੈ ਜੀ ਅੱਛਾ ਉਹਦੇ ਉੱਤੇ ਕੀ ਨੋਟ ਕਰਨਾ ਹੁਣ ਤੁਹਾਡੇ ਪਿੰਡ 'ਚ ਨਾ ਬੜੀ ਉਲਝਣ ਤਾਨੀ ਵਾਲੀ ਗੱਲ ਆ ਇੱਕ ਨਾਂ ਦੀਆਂ ਕਈ ਬੀਬੀਆਂ ਨੇ ਹੈਗੀਆਂ ਨਾ ਜੀ ਕਈ ਵੀ ਬੰਦੇ ਨੇ ਇੱਕ ਨਾਮ ਦੇ ਇਹਦੇ ਵਿੱਚ ਤੁਹਾਨੂੰ ਬੜਾ ਔਖਾ ਹੈ ਔਖਾ ਕਿਵੇਂ ਆ ਹੁਣ ਲਾ ਲਓ ਵੀ ਤੁਹਾਡੇ ਪਿੰਡ 'ਚ ਲੀਲੋ ਬਾਈ ਇੱਧਰ ਦੀ ਹੈ ਨਾ ਇੱਕ ਇੱਧਰ ਇੱਕ ਇੱਧਰ ਆ ਤਿੰਨ ਲੀਲੋ ਬਾਈਆਂ ਹੋ ਗਈਆਂ ਹੁਣ ਮਾਸਟਰ ਵਾਲ ਦੇ ਨਾਮ ਵੀ ਆ ਗਿਆ ਹੁਣ ਐਂ ਨਹੀਂ ਪਤਾ ਇੱਧਰ ਹੀ ਲੀਲੋ ਬਾਈ ਦਾ ਹੈ ਕਿ ਇੱਧਰ ਦੀ ਦਾ ਹੈ ਕਿ ਇੱਧਰ ਦੀ ਦਾ ਆ ਕਿਸੇ ਨੂੰ ਨਹੀਂ ਪਤਾ ਹਨਾ ਜੀ ਹੁਣ ਇਹਦੇ ਵਿੱਚ ਤੁਹਾਨੂੰ ਇਹ ਦਿੱਕਤ ਆਉਣੀ ਆ ਨਾਮ ਤਾਂ ਇੱਧਰ ਦੀ ਦਾ ਆ ਗਿਆ ਕੰਮ ਇੱਧਰ ਹੀ ਕਰਕੇ ਆ ਗਈ ਵਿਚਾਰੀ ਹੁਣ ਪੈਸੇ ਇੱਧਰ ਆਉਣਗੇ ਜਿਹਦਾ ਨਾਮ ਸੀਗਾ ਕਿਉਂ ਇਹ ਤਾਂ ਕੰਮ ਕਰਦਾ ਉਹਦਾ ਕੰਮ ਕਰਾਇਆ ਪਹੁੰਚ ਗਿਆ ਹੁਣ ਜਦੋਂ ਪੈਸੇ ਇੱਧਰ ਦੀ ਜਾ ਗਏ ਇੱਧਰ ਦੀ ਲੀਲੋ ਬਾਈ ਸਰਪੰਚ ਦੇ ਸਿਰ ਖਾਣੇ ਸ਼ੁਰੂ ਕਰ ਦਿੰਦੇ ਮੈਂ ਕੰਮ ਕਰਿਆ ਸੀਗਾ ਮੇਰੇ ਪੈਸੇ ਨਹੀਂ ਹੈ ਹਨਾ ਜੀ ਹੁਣ ਇੱਥੇ ਸਭ ਤੋਂ ਵੱਡੀ ਚੀਜ਼ ਜ਼ਿੰਮੇਵਾਰੀ ਤੁਹਾਡੀ ਸਭ ਤੋਂ ਪਹਿਲਾਂ ਮਾਸਟਰ ਜਦੋਂ ਵੀ ਕੰਮ 'ਤੇ ਜਾਓ ਦੇਖੋ ਮਾਸਟਰ ਉਹਦੇ ਉੱਤੇ ਵੀ ਇਹ ਇਸੇ ਕੰਮ ਦਾ ਜਿੱਥੇ ਕੰਮ ਹੋ ਰਿਹਾ ਇਹ ਡੇਟ ਦਾ ਇਹ ਡੇਟ 'ਤੇ ਕੰਮ ਹੋ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਥੱਲੇ ਨਾਮ ਆ ਜਾਂਦਾ ਨਾਮ ਚੈੱਕ ਕਰੋ ਫਿਰ ਨਾਮ ਦੇ ਨਾਲ ਤੁਹਾਡਾ ਇੱਕ ਜੋਬ ਕਾਰਡ ਨੰਬਰ ਦਿੱਤਾ ਹੋਇਆ ਸਰਕਾਰ ਨੇ ਜੇ ਇੱਧਰਲੀ ਲੀਲੋ ਬਾਈ ਨੂੰ 5 ਦਿੱਤਾ ਇੱਧਰਲੀ ਨੂੰ 15 ਦਿੱਤਾ ਹੋਊਗਾ ਇੱਧਰਲੀ ਨੂੰ 5 ਨਹੀਂ ਹੈਗਾ ਸਾਰੇ ਨੋਟ ਡਾਊਨ ਜੋਬ ਕਾਰਡ ਨੰਬਰ ਵੰਡ ਕੇ ਦਿੱਤੇ ਹੋਏ ਠੀਕ ਹੈ ਜੀ ਸਰ ਤੁਸੀਂ ਨੇ ਜੋਬ ਕਾਰਡ ਨੰਬਰ ਚੈੱਕ ਕਰਨੇ ਨੇ ਤੁਹਾਡਾ ਫਰਜ਼ ਹੈ ਠੀਕ ਹੈ ਤੁਹਾਡਾ ਆਪਦਾ ਫਰਜ਼ ਹੈ ਚੈੱਕ ਕਰਨਾ ਹੁਣ ਕਈਆਂ ਦਾ ਜੋਬ ਕਾਰਡ ਨੰਬਰ ਹੀ ਨਹੀਂ ਯਾਦ ਰਹਿ ਗਏ ਹੁਣ ਲਾ ਲਿਆ ਦਾ ਹੱਥਾਂ ਪੇਟ 'ਚ ਮੁੜ ਕੇ ਹੋ ਰਹੀ ਬਿਨਾਂ ਪਿੱਛੇ ਕੰਮ ਨਹੀਂ ਚੱਲ ਜਾਣਾ ਬਾਅਦ ਚੋਂ ਦਿੱਕਤ ਆਉਣੀ ਫਿਰ ਔਖਾ ਹੋਣਾ ਹਨਾ ਜੋਬ ਕਾਰਡ ਨੰਬਰ ਯਾਦ ਰੱਖੋ ਜਾ ਕੇ ਉਹਦਾ ਜੋਬ ਕਾਰਡ ਨੰਬਰ ਚੈੱਕ ਕਰੋ ਜੇ ਹੈਗਾ ਤਾਂ ਕੰਮ ਕਰੋ ਜੇ ਨਹੀਂ ਹੈਗਾ ਘਰੇ ਆ ਜਾਓ ਲੋੜ ਨਹੀਂ ਤੁਹਾਨੂੰ ਉਹ ਕਰਨ ਦੀ ਠੀਕ ਹੈ ਜੀ ਦੂਸਰੀ ਗੱਲ ਜੇ ਸਰਪੰਚ ਸਾਹਿਬ ਤੁਹਾਨੂੰ ਕਹਿੰਦੇ ਨੇ ਵੀ ਭਾਈ ਤੇਰਾ ਨਾਮ ਨਹੀਂ ਹੈਗਾ ਮਾਸਟਰ ਉਹਦੇ ਵਿੱਚ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਤੂੰ ਜਾ ਕਰ ਉਹਦੀ ਵਾਰੀ ਆਊਗਾ ਕਰ ਠੀਕ ਹੈ ਤਾਂ ਉਦੋਂ ਗੁੱਸਾ ਨਾ ਜੀ ਮਨਾਇਆ ਕਰੋ ਇਹ ਤੁਹਾਡੇ ਭਰੇ ਦੀ ਗੱਲ ਕਰਦੇ ਹੁੰਦੇ ਨੇ ਠੀਕ ਹੈ ਜੀ ਕਿਉਂ ਤੁਹਾਨੂੰ ਨਾਮ ਨਹੀਂ ਹੈਗਾ ਫਿਰ ਤੁਸੀਂ ਕਾਹਨੂੰ ਉੱਤੇ ਹੱਟ ਕਪਾਈ ਕਰਨੀ ਆ ਠੀਕ ਹੈ ਜੀ ਉਦੋਂ ਤੁਸੀਂ ਆਪਣਾ ਚੁੱਪ ਕਰਕੇ ਘਰੇ ਆ ਜਾਓ ਘਰ ਦੇ ਕੰਮ ਕਰ ਲਓ ਠੀਕ ਹੈ ਜੀ ਹੁਣ ਆ ਗਈ ਤੁਹਾਡੀ ਪੇਮੈਂਟਾਂ ਦੀ ਦਿੱਕਤ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਆ ਰਹੀ ਆ
एक थोड़े बैंक के खाते इन्ने खिला लेने होंगे पांच पांच सात सात पता नहीं कि काला धन भूल जाओगे है ना जी वध तो वध दो रखे करो बैंक के खाते लैंड रखा जाए ठीक है जी दो खाते होंगे तुम सिखा रहे होंगे एंट्रियां कराने तुम्हें पता जी कि बैंक जाना कि नहीं जाना हूँ एक होर फोटे बने हुए लाल लाल जी कार्ड जी वो कार्ड तो तुम्हें पता ही नहीं कि रुपये आ गए कि कढ़ा ले कोई प्रूफ नहीं होगा कोई ना वो देना जे मुंडा सोलह सौ रुपया आया हजार होंगे इतने कट के छह सौ आप कर लेने ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਿੰਨੇ ਆਏ ਨੇ ਕਿੰਨੇ ਨਹੀਂ ਆਏ ਨਾ ਉਹ ਚੈੱਕ ਹੋਣ ਨਾ ਉਹਦੇ ਭੈਣ ਦੀ ਪਤਾ ਲੱਗੇ ਠੀਕ ਹੈ ਜੀ ਸਕਰੀਨ ਤੇ ਕਰਿਆ ਕਰੋ ਵੀ ਜਿੰਨੇ ਕੋਣਾ ਬੈਂਕ ਦੇ ਖਾਤੇ ਹੁੰਦੇ ਨੇ ਨਾਲ ਦੱਸਦੇ ਕਰੋ ਇੱਕ ਨਾਲ ਜਾਂ ਜਿਆਦਾ ਕਲਾ ਹੋਵੇ ਤੁਹਾਨੂੰ ਪਰੇਸ਼ਾਨੀ ਆ ਹੁਣ ਤੁਸੀਂ ਇਹ ਆਉਂਦੇ ਹੋ ਪੈਸੇ ਇੱਧਰ ਦੇ ਬੈਂਕ ਦੇ ਖਾਤੇ ਜਾ ਕੇ ਫਰੀ ਤੁਸੀਂ ਇੱਧਰ ਦੇ ਜਾਂਦੇ ਹੋ ਵੀ ਭਾਈ ਆਏ ਜੀ ਇਹ ਵੀ ਦਿੱਕਤ ਹੋ ਜਾਂਦੀ ਆ ਤੇ कंप्यूटर आधार कार्ड ਜਿਹੜਾ ਨਾਮ ਤੁਹਾਡਾ ਉੱਥੇ ਹੋਊਗਾ ਅੱਗੇ ਖਾਤੇ ਨਾਲ ਜੋ ਵੀ ਸੇਮ ਨਾਮ ਹੋਊਗਾ ਉਹ ਵੀ ਤੁਹਾਡਾ ਜੋਬ ਕਾਰਡ ਦੇ ਨਾਮ ਸੇਮ ਹੋਊਗਾ ਤਾਂ ਤੁਹਾਡੀ ਪੇਮੈਂਟ ਹੋਊਗੀ ਹੁਣ ਇੱਧਰ ਨੀਲੋ ਪਾਈ ਉੱਧਰ ਨੀਲੋ ਦੇਵੇ ਇੱਧਰ ਨੀਲੋ ਕੌਰ ਫਰਕ ਪੈ ਗਿਆ ਨਾ ਜੀ ਇੱਥੇ ਤੁਹਾਡੀ ਪੇਮੈਂਟ ਨਹੀਂ ਹੁੰਦੀ ਤੁਸੀਂ ਕੰਮ ਜਿੰਨਾ ਮਰਜ਼ੀ ਕਰੀ ਚਲੋ ਇੱਕ ਅੱਖਰ ਦਾ ਹੀ ਫਰਕ ਪੈ ਗਿਆ ਇੱਕ ਅੱਖਰ ਦਾ ਵੀ ਤੁਹਾਡੀ ਪੇਮੈਂਟ ਰੁਕ ਜਾਣੀ ਆ ਜਦੋਂ ਵੀ ਨਾਮ ਕਢਵਾਉਣਾ ਹੈ ਨਾਮ ਦਰਜ ਕਰਾਉਣਾ ਹੈ ਤਾਂ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਕੋਈ ਅੱਖਰ ਅੱਗੇ ਪਿੱਛੇ ਨਾ ਹੋਵੇ ठीक है जी तो पेमेंट रुक जानी है ये चीज थोड़े वास्ते बहुत बड़ी होगा अच्छा हम आए दसो इन्ना गलां चो कोई किसी बीबी नू भाई नू कासा रहिंदी होवे भी ना समझे हो मैं दोबारा समझा देना समझ रहे सारियां जी हाथ खड़े करो ये समझ नहीं आया अच्छा हम एक ना जी बोलूं मैं बोल दूं